लगभग 22 के करीब जो कि नौजवान शहीद होए थे उस दे विच बलराज सिंह जी भी शामिल सी जिन्हां दे गोली लगी सी। पर गोली लगन दे बावजूद भी जो कि उन्होंने अपने सिर दे उत्तों अपनी पगड़ी उतार के जो कि उसका साथी सी जो कोल गोली लगन कारण तड़फ रहा सी उसके मतलब जख्मां दे उत्तर अपनी पगड़ी बंधी तो उसका जिहड़ा खून रोकने की कोशिश की अपनी जान की परवाह किए बिना। उन्हें बहुत बहादुरी की है जी, उन्हें आप अपने जख्मों की कोई परवाह नहीं की, उन्हें नाल दे साथियों को बचाने की कोशिश की, फुल बड़ा फुल जी उन्हें अपनी पगड़ी तार के। देखो जी मैनू बहुत माण है अपने पुत ते, मैनू इन्ना माण आ ते मैं कह नहीं सकती, मैं सारिआं दे पुत इदां दे निकलना। पिंड च तो पहलों वेखो जी सारे गुस्से अपना बेचारियां दा माहौल सी भी कानू गोली लग गई है, ते पर हुण थोड़ा जिहा माण आ भी नहीं बच्चे ने बहुत वधिया कम कीता, हुण तो सारे खुश ने। ਸਾਡਾ ਇਕੱਲਾ ਇਕੱਲਾ ਭਰਾ ਵਾ ਅਤੇ ਇੰਨਾ ਵੱਡਾ ਕਸ਼ਟ ਸਾਡੇ ਭਰਾ ਦੇ ਉੱਪਰ ਆਇਆ, ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਆ ਉਹਨੇ ਫਿਰ ਵੀ ਇੱਕ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ। ਕਿਉਂਕਿ ਸਾਡੇ ਤਿੰਨਾਂ ਦੇ ਹਸਬੈਂਡ ਵੀ ਆਰਮੀ 'ਚ ਅਤੇ ਉਹਨਾਂ ਨੇ ਅਸੀਂ ਜੇ ਕਹੀਏ ਵੀ ਤੂੰ ਸਾਡਾ ਇਕੱਲਾ ਇਕੱਲਾ ਭਰਾ ਵਾ ਤਾਂ ਉਹ ਸਾਨੂੰ ਅੱਗੋਂ ਮਜ਼ਾਕ ਕਰਦਾ ਕਿ ਤੁਹਾਡੇ ਘਰ ਵਾਲੇ ਵੀ ਅਤੇ ਇਕੱਲੇ ਇਕੱਲੇ ਤੁਹਾਡੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਸੋ ਅਸੀਂ ਪੰਜਾਬੀਆਂ ਦੀ ਬਹਾਦਰੀ ਦੇ ਕਿੱਸੇ ਜੋ ਅਕਸਰ ਹੀ ਸੁਣਦੇ ਹਾਂ, ਚਾਹੇ ਕਿ ਉਹ ਪੰਜਾਬ ਦੇ ਵਿੱਚ ਸੇਵਾ ਕਰ ਰਹੇ ਨੌਜਵਾਨ ਹੋਣ, ਚਾਹੇ ਹੋਰ ਵੀ ਤਰ੍ਹਾਂ ਦੇ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਜੋ ਕਿ ਪੰਜਾਬੀ ਆਪਣੀ ਬਹਾਦਰੀ ਦਾ ਕਰਕੇ ਜਾਣੇ ਜਾਂਦੇ ਨੇ। ਸੋ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਤਰਨ ਤਾਰਨ ਦਾ ਪਿੰਡ ਹੈ ਕਲੇਰ, ਜਿੱਥੇ ਕਿ ਇੱਕ ਫੌਜ ਵਿੱਚ ਵੀਰ ਜੀ ਨੌਕਰੀ ਕਰ ਰਹੇ ਨੇ ਬਲਰਾਜ ਸਿੰਘ। ਪਿਛਲੇ ਦਿਨੀਂ ਜੋ ਕਿ ਨਕਸਲੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਲਗਭਗ 22 ਦੇ ਕਰੀਬ ਜੋ ਕਿ ਨੌਜਵਾਨ ਸ਼ਹੀਦ ਹੋਏ ਅਤੇ ਉਸ ਦੇ ਵਿੱਚ ਬਲਰਾਜ ਸਿੰਘ ਜੀ ਵੀ ਸ਼ਾਮਿਲ ਸੀ ਜਿਨ੍ਹਾਂ ਦੇ ਗੋਲੀ ਲੱਗੀ ਸੀ। ਪਰ ਗੋਲੀ ਲੱਗਣ ਦੇ ਬਾਵਜੂਦ ਵੀ ਜੋ ਕਿ ਉਹਨਾਂ ਨੇ ਆਪਣੇ ਸਿਰ ਦੇ ਉੱਤੋਂ ਆਪਣੀ ਪਗੜੀ ਉਤਾਰ ਕੇ ਜੋ ਕਿ ਉਸਦਾ ਸਾਥੀ ਸੀ ਜੋ ਕੋਲ ਗੋਲੀ ਲੱਗਣ ਕਾਰਨ ਤੜਫ ਰਿਹਾ ਸੀ ਉਸਦੇ ਮਤਲਬ ਜ਼ਖਮਾਂ ਦੇ ਉੱਤਰ ਆਪਣੀ ਪਗੜੀ ਬੰਨ੍ਹੀ ਅਤੇ ਉਸਦਾ ਜਿਹੜਾ ਖੂਨ ਰੋਕਣ ਦੀ ਕੋਸ਼ਿਸ਼ ਕੀਤੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ। ਸੋ ਅਸੀਂ ਅੱਜ ਆਏ ਹਾਂ ਉਹਨਾਂ ਦੇ ਪਿੰਡ, ਉਹਨਾਂ ਦੇ ਘਰ ਇਸ ਵੇਲੇ ਮੌਜੂਦ ਆ, ਉਹਨਾਂ ਦਾ ਪਰਿਵਾਰ ਸਾਰਾ ਇੱਥੇ ਬੈਠਾ ਹੋਇਆ ਹੈ। ਕੈਮਰਾਮੈਨ ਨੂੰ ਕਹੂੰਗਾ ਕਰੋ ਤਸਵੀਰਾਂ ਦਿਖਾ ਦਿਓ ਕਿ ਸਾਰਾ ਪਰਿਵਾਰ ਹੈ ਉਸ ਬਹਾਦਰ ਵੀਰ ਦਾ ਬੈਠਾ ਹੋਇਆ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਉਹਨਾਂ ਦੇ ਪਿਤਾ ਜੀ ਨੇ, ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਬਾਪੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਬਾਪੂ ਜੀ, ਬਲਰਾਜ ਸਿੰਘ ਨੇ ਜੋ ਬਹਾਦਰੀ ਵਾਲਾ ਕੰਮ ਕੀਤਾ ਹੈ, ਕੀ ਕਹੋਗੇ ਤੁਸੀਂ? ਅਸੀਂ ਤਾਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਜੀ, ਜਿਹੜੀ ਉਹਨੇ ਇੱਕ ਸਿੱਖ ਕੌਮ ਦਾ ਨਾਂ ਉੱਚਾ ਕੀਤਾ ਜੀ, ਬਲਰਾਜ ਸਿੰਘ ਨੇ। ਅੱਛਾ ਬਾਪੂ ਜੀ, ਇਹ ਸਭ ਤੋਂ ਪਹਿਲਾਂ ਦੱਸੋ ਕਿ ਬਲਰਾਜ ਸਿੰਘ ਕਿੰਨੀ ਸਾਲ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਏ ਸਨ? ਇਹ 14 'ਚ ਭਰਤੀ ਹੋਏ ਜੀ, 2014 'ਚ। ਅੱਛਾ ਜੀ, ਹਾਂਜੀ। ਅਤੇ ਕਿੱਥੇ ਕਿੱਥੇ ਹੁਣ ਤੱਕ ਉਹਨਾਂ ਦੀ ਮਤਲਬ ਜਿਹੜੀ ਡਿਊਟੀ ਰਹੀ? ਫੌਜ ਦੇ ਵਿੱਚ ਜੋਬ ਕਰਦੇ ਆ ਜਾਂ CRPF ਦੇ ਵਿੱਚ? CRPF ਦੇ ਵਿੱਚ ਕਰਦੇ ਆ ਜੀ। ਅੱਛਾ ਜੀ, ਅਤੇ ਹੁਣ ਤੱਕ ਕਿੱਥੇ ਕਿੱਥੇ ਉਹ ਮਤਲਬ ਪੋਸਟਿੰਗ ਰਹੀ ਉਹਨਾਂ ਦੀ, ਕਿੱਥੇ ਕਿੱਥੇ ਉਹ ਜੋਬ ਕਰਕੇ ਗਏ? ਇੱਥੋਂ ਭਰਤੀ ਹੋ ਗਏ, ਪਹਿਲਾਂ ਤਾਂ ਚੰਡੀਗੜ੍ਹ ਪੰਜੌਰ ਗਏ ਜੀ। ਅੱਛਾ ਜੀ। ਪੰਜੌਰ ਤੋਂ ਮੁਰਗੇ ਸ਼ਾਮ ਚਲ ਗਏ ਜੀ ਗੁਹਾਟੀ, ਸ਼ਾਮ ਗੁਹਾਟੀ, ਉੱਥੇ ਮੁਰਗੇ ਕੋਬਰਾ ਦੇ ਵਿੱਚ ਕਮਾਂਡੋ ਕੋਬਰਾ 'ਚ ਹੋ ਗਏ ਜੀ। ਅੱਛਾ ਜੀ, ਹਾਂਜੀ। ਅਤੇ ਬਲਰਾਜ ਸਿੰਘ, ਤੁਹਾਨੂੰ ਕੀ ਉੱਧਰ ਦੇ ਮਾਹੌਲ ਦੀਆਂ ਤੁਹਾਡੇ ਨਾਲ ਕੋਈ ਗੱਲਾਂ ਕਰਦੇ ਹੁੰਦੇ ਨੇ ਕਿ ਇੱਧਰ ਪਾਪਾ ਜੀ ਉੱਧਰ ਇਵੇਂ ਦਾ ਮਾਹੌਲ ਹੈ ਜਾਂ ਕੋਈ ਇਵੇਂ ਦੀ ਜਿਹੜੀ ਕਿ ਜੋ ਕਿ ਨਕਸਲੀਆਂ ਵੱਲੋਂ ਕੋਈ ਇਵੇਂ ਦੇ ਹਮਲੇ ਕੀਤੇ ਜਾਂਦੇ ਨੇ, ਇਸ ਬਾਰੇ ਤੁਹਾਡੇ ਨਾਲ ਪਹਿਲਾਂ ਕਦੀ ਉਹਨਾਂ ਨੇ ਕੋਈ ਗੱਲਬਾਤ ਕਦੀ ਕੀਤੀ ਹੋਵੇ? ਨਹੀਂ, ਕਰਦੇ ਹੈ ਜੀ, ਕਰਦੇ। ਅੱਛਾ ਜੀ, ਕਰਦੇ ਕਹਿੰਦੇ ਕਹਿੰਦੇ ਸਾਡੇ ਕਮਾਂਡੋ ਕੋਬਰਾ ਇਹੋ ਜਿਹੀ ਚੀਜ਼ ਹੈ, ਜੰਗਲ ਦੇ ਵਿੱਚ ਉਤਾਰ ਦੇਣਾ ਵਾ, ਹਫ਼ਤੇ ਬਾਅਦ ਮੈਂ ਚੁੱਕ ਕੇ ਲਿਆਉਣਾ ਵਾ, ਦੂਜੇ ਤੀਜੇ ਦਿਨ ਨੂੰ ਚੁੱਕ ਜਾ ਕੇ ਲੈ ਕੇ ਆਉਣਾ, ਹੈਲੀਕਾਪਟਰ ਨਾਲ ਉਤਾਰ ਆਉਣਾ, ਹੈਲੀਕਾਪਟਰ ਨਾਲ ਲੈ ਕੇ ਆਉਣਾ। ਹਾਂਜੀ, ਕੀ ਕਹੋਗੇ, ਤੁਹਾਡੇ ਬੇਟੇ 'ਤੇ ਵੀ ਗੋਲੀ ਲੱਗੀ ਸੀ ਅਤੇ ਉਸਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਿਹੜਾ ਆਪਣਾ ਸਾਥੀ ਤੜਫ ਰਿਹਾ ਸੀ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਕੀ ਕਹੋਗੇ ਤੁਸੀਂ? ਉਹਨੇ ਬਹੁਤ ਬਹਾਦਰੀ ਕੀਤੀ ਹੈ ਜੀ, ਉਹਨੇ ਆਪ ਆਪਣੇ ਜਖਮਾਂ ਦੀ ਕੋਈ ਪਰਵਾਹ ਨਹੀਂ ਕੀਤੀ, ਉਹਨੇ ਨਾਲ ਦੇ ਸਾਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਫੁੱਲ ਬੜਾ ਫੁੱਲ ਜੀ, ਉਹਨੇ ਆਪਣੀ ਪਗੜੀ ਤਾਰ ਕੇ ਉਹਦਾ ਨਾਲ ਉਹਦਾ ਅਫਸਰ ਸੀ, ਉਹਨੇ ਉਹਦੀ ਉਹਨੇ ਬਹੁਤ ਪੈਰ 'ਤੇ ਪੱਟੀ ਕਰਕੇ ਉਹਨੂੰ ਨਾਲ ਸਾਰੇ ਦੇ ਨਾਲ ਲੈ ਕੇ ਆਇਆ ਜੀ।
ਕੀ ਹੁਣ ਤੁਹਾਡੇ ਤਾਈਂ ਜੋ ਕਿ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਤੁਹਾਡੇ ਤੱਕ ਪਹੁੰਚਿਆ ਹੋਵੇ ਪਰਿਵਾਰ ਤੱਕ? ਨਹੀਂ ਕੋਈ ਨਹੀਂ, ਸਰਕਾਰ ਸਾਡੇ ਕੋਲ ਨਹੀਂ ਆਇਆ ਕੋਈ। ਅੱਛਾ ਜੀ, ਅਜੇ ਤੱਕ ਕੋਈ ਆਇਆ ਨਹੀਂ ਜੀ? ਨਹੀਂ ਆਇਆ ਜੀ ਸਾਡੇ ਕੋਲ ਜੀ। ਸੋ ਇਹ ਸਾਨੂੰ ਬਦਲਾ ਸਿੰਘ ਦੇ ਪਿਤਾ ਜੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਜੋ ਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ। ਤੋ ਸਾਡੇ ਨਾਲ ਬਦਲਾ ਸਿੰਘ ਦੀ ਮਾਤਾ ਜੀ ਮੌਜੂਦ ਨੇ, ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਹਾਂਜੀ ਮਾਤਾ ਜੀ, ਤੁਸੀਂ ਮਾਂ ਹੋ, ਕਿਉਂਕਿ ਮਾਂ ਦਾ ਜਿਹੜਾ ਦਿਲ ਉਹ ਛੋਟਾ ਹੁੰਦਾ ਹੈ, ਠੀਕ ਹੈ। ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਬਲਰਾਜ ਸਿੰਘ ਦੇ ਨਾਲ ਇਹ ਘਟਨਾ ਹੋਈ, ਤਾਂ ਕੀ ਤੁਹਾਡੇ ਦਿਲ 'ਤੇ ਕੀ ਬੀਤੀ ਉਸ ਵੇਲੇ? ਵੇਖੋ ਜੀ, ਉਸ ਮੈਨੂੰ ਤਾਂ ਪਤਾ ਵੀ ਤੀਜੇ ਚੌਥੇ ਦਿਨ ਲੱਗਾ, ਮੈਨੂੰ ਤਾਂ ਉਸ ਵੇਲੇ ਪਤਾ ਵੀ ਇੰਨਾ ਜਦੋਂ ਲੱਗਾ ਵਾ ਤਾਂ ਮੈਨੂੰ ਤਾਂ ਕੋਈ ਸਮਝਦੀ ਸਿਰਜੀ ਆਉੜੀ ਨਾ ਵੀ ਮੈਂ ਹੁਣ ਕਰਾਂ ਵੀ ਕੀ। ਅਤੇ ਹੋਰ ਮੁੜ ਕੇ ਫਿਰ ਬਾਅਦ 'ਚ ਮੇਰੀ ਨੂੰਹ ਨੇ ਮੈਨੂੰ ਵਿਖਾਇਆ ਵੀ ਨਹੀਂ, ਉਹਨਾਂ ਦੀਆਂ ਫੋਟੋਆਂ ਵੇਖੋ ਸਹੀ ਆ, ਤੁਹਾਨੂੰ ਇਸ ਕਰਕੇ ਉਹਨਾਂ ਨੇ ਵਿਖਾਇਆ ਵਾ ਵੀ ਤੁਸੀਂ ਮਾਣ ਕਰੋ ਇਹਦਾ। ਪਰ ਮੇਰਾ ਵਿੱਚੋਂ ਵਿੱਚ ਮੈਂ ਆਪਣੇ ਮਨ ਨੂੰ ਬਹੁਤ ਗੰਢ ਦਿੱਤੀ ਆ, ਅਤੇ ਫਿਰ ਮੈਂ ਖਲੋਤੀ ਰਹੀ ਹਾਂ। ਫਿਰ ਮੇਰੇ ਕੋ ਇਹਨੇ ਇਹ ਆਉਂਦੀ ਵੀ ਨਹੀਂ, ਤੁਸੀਂ ਵੇਖੋ ਆਪਣਾ ਬੱਚਾ ਠੀਕ ਆ, ਤੁਸੀਂ ਕੋਈ ਕਿਰਪਾ ਨਹੀਂ ਕੋਈ ਕਰਨੀ ਨਹੀਂ। ਕੀ ਕਹੋਗੇ ਤੁਸੀਂ ਜਿਵੇਂ ਬਲਰਾਜ ਨੇ ਮਤਲਬ ਜਿਹੜੀ ਬਹਾਦਰੀ ਕੀਤੀ ਆ, ਕੀ ਕਹੋਗੇ ਤੁਸੀਂ ਆਪਣੇ ਪੁੱਤਰ ਬਾਰੇ? ਵੇਖੋ ਜੀ, ਮੈਨੂੰ ਬਹੁਤ ਮਾਣ ਆ ਆਪਣੇ ਪੁੱਤ 'ਤੇ, ਮੈਨੂੰ ਇੰਨਾ ਮਾਣ ਆ ਅਤੇ ਮੈਂ ਕਹਿ ਨਹੀਂ ਸਕਦੀ। ਮੈਂ ਸਾਰਿਆਂ ਦੇ ਪੁੱਤ ਇੱਦਾਂ ਦੇ ਨਿਕਲਣਾ, ਸਾਰਿਆਂ ਦੇ ਹੀ ਪੁੱਤ ਇੱਦਾਂ ਦੇ ਨਿਕਲਣਾ, ਵੈਰੀ ਦੁਸ਼ਮਣ ਦਾ ਵੀ ਪੁੱਤ ਇੱਦਾਂ ਦਾ ਨਿਕਲੇ ਜਿੱਦਾਂ ਦਾ ਮੇਰਾ ਪੁੱਤ ਨਿਕਲਿਆ ਵਾ। ਅੱਛਾ ਜੀ, ਗੱਲ ਕੀਤੀ ਜਾਵੇ ਬਲਰਾਜ ਦੀ, ਤਾਂ ਮਤਲਬ ਆਪਣਾ ਇੱਕ ਪੜ੍ਹ ਕੇ ਆਪਣਾ ਸੁਪਨਾ ਹੁੰਦਾ ਕਿ ਹਾਂ ਮੈਂ ਇਸ ਫੀਲਡ ਦੇ ਵਿੱਚ ਜਾਵਾਂਗੇ, ਇਸ ਫੀਲਡ ਦੇ ਵਿੱਚ ਜਾਵਾਂਗੇ, ਬਲਰਾਜ ਦਾ ਕੀ ਇਹ ਸੁਪਨਾ ਸੀ ਕਿ ਮੈਂ ਆਪਣੇ ਦੇਸ਼ ਦੀ ਸੇਵਾ ਕਰਾਂ? ਹਾਂਜੀ, ਉਹਨਾਂ ਦਾ ਪਹਿਲਾਂ ਹੀ ਸੁਪਨਾ ਸੀ, ਉਹ ਮੇਰੇ ਨਾਨਕੇ ਸਾਰੇ ਸੀ ਵੀ ਮੇਰੇ ਦਾਦਾ ਜੀ ਦੋਵੇਂ ਭਰਾ ਸੀ, ਮੇਰੇ ਡੈਡੀ ਹੋਣੀ ਵੀ ਸੀ, ਗਾਂ ਦੇ ਮਾਮੇ ਦੇ ਪੁੱਤ ਵੀ ਸੀ, ਇਹਦਾ ਵੀ ਵੀ ਮੈਂ ਇਸ 'ਚ ਫੌਜ 'ਚ ਹੀ ਜਾਵਾਂ, ਅਤੇ ਤਾਂ ਕਰਕੇ ਵੀ ਫੌਜ 'ਚ ਹੋਇਆ। ਹੋਰ ਤਾਂ ਕੋਈ ਗੱਲ ਨਹੀਂ, ਤਾਂ ਉੱਦਾਂ ਤਾਂ ਚਲੋ ਮੈਂ ਹੋਰ ਕਿਸੇ ਨੌਕਰੀ 'ਤੇ ਲਵਾ ਹੀ ਦੇਣਾ ਸੀ ਮਾੜਾ ਚੰਗਾ, ਪਰ ਇਹ ਆਉਂਦਾ ਮੈਂ ਜਾਣਾ ਫੌਜ 'ਚ। ਅੱਛਾ, ਹੁਣ ਜਦੋਂ ਉਹਦਾ ਬਦਲਾਅ ਜ਼ਖਮੀ ਹੋਇਆ, ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਉਹਨਾਂ ਨਾਲ? ਨਹੀਂ, ਮੇਰੇ ਨਾਲ ਗੱਲ ਰੋਜ਼ ਕਰਦਾ ਹੈ, ਇਹ ਨਹੀਂ ਗੱਲ ਵੀ ਨਹੀਂ ਕਰਦਾ, ਮੇਰੇ ਨਾਲ ਰੋਜ਼ ਗੱਲ ਕਰਦਾ, ਪਰ ਇਹੀ ਵੀ ਮੂੰਹ ਥੋੜ੍ਹਾ ਨੰਗਾ ਰੱਖ ਕੇ ਅਤੇ ਫਿਰ ਗੱਲ ਕਰਦਾ। ਇਹ ਤਾਂ ਮੈਨੂੰ ਬਾਅਦ 'ਚ ਮੈਂ ਮੰਗਲਵਾਰ ਜਿੱਦਾਂ ਪਤਾ ਲੱਗਾ, ਫਿਰ ਮੈਨੂੰ ਵਿਖਾ ਵੀ ਸੱਟ ਤੈਨੂੰ ਕਿੱਥੇ ਲੱਗੀ ਹੈ, ਫਿਰ ਇਹਨੇ ਮੈਨੂੰ ਵਿਖਾਈ ਹੈ ਜਾਂ ਮੇਰੇ ਹੱਥ 'ਤੇ ਲੱਗੀ ਹੈ, ਹੋਰ ਨਹੀਂ ਅਜੇ ਮੈਨੂੰ ਵਿਖਾਈ, ਉਹ ਤਾਂ ਹੁਣ ਘਰ ਆਣ ਕੇ ਵੇਖੂੰਗੀ। ਅਤੇ ਪਿੰਡ ਦੇ ਵਿੱਚ ਕਿਵੇਂ ਦਾ ਮਾਹੌਲ? ਪਿੰਡ 'ਚ ਤਾਂ ਪਹਿਲਾਂ ਵੇਖੋ ਜੀ, ਸਾਰੇ ਹੀ ਗੁੱਸੇ ਆਪਣਾ ਵਿਚਾਰਿਆਂ ਦਾ ਮਾਹੌਲ ਸੀ ਵੀ ਕਾਹਨੂੰ ਗੋਲੀ ਲੱਗ ਗਈ ਆ, ਅਤੇ ਪਰ ਹੁਣ ਥੋੜ੍ਹਾ ਜਿਹਾ ਮਾਣ ਆ ਵੀ ਨਹੀਂ, ਬੱਚੇ ਨੇ ਬਹੁਤ ਵਧੀਆ ਕੰਮ ਕੀਤਾ, ਹੁਣ ਤਾਂ ਸਾਰੇ ਖੁਸ਼ ਨੇ, ਹੁਣ ਤਾਂ ਸਾਰਾ ਪਿੰਡ ਹੀ ਆਉਣ ਡਿਆ। ਸਾਰਾ ਪਿੰਡ ਤੁਸੀਂ ਕਿਹਾ ਆ ਗਿਆ ਹੁਣ ਤੱਕ, ਕੀ ਹੁਣ ਤੱਕ ਕੋਈ ਜਿਹੜਾ ਸਰਕਾਰੀ ਨੁਮਾਇੰਦਾ ਤੁਹਾਡੇ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ? ਹਾਂਜੀ, ਸਾਡੇ ਕੋਲ ਤਾਂ ਕੋਈ ਨਹੀਂ ਆ ਪਹੁੰਚਿਆ, ਸਾਡੇ ਕੋਈ ਨਹੀਂ ਆ ਪਹੁੰਚਿਆ, ਅਸੀਂ ਨਾ ਤਾਂ ਕੋਈ ਆਇਆ ਹੀ ਆ ਸਾਡੇ ਕੋਲ, ਅਤੇ ਚਲੋ ਜੇ ਆ ਜੂਗਾ ਤਾਂ ਫਿਰ ਠੀਕ ਹੈ। ਕੀ ਕਾਰਨ ਸਮਝਦੇ ਤੁਸੀਂ? ਅਕਸਰ ਦੇਖਿਆ ਜਾਂਦਾ ਵਾ ਕਿ ਜਿਵੇਂ ਕਿ ਲਾ ਲਓ ਕਿ ਕਿਸੇ ਲੀਡਰ ਦਾ ਕੁਛ ਨਾ ਕੁਛ ਕੋਈ ਮਾੜੀ ਜਿਹੀ ਸੱਟ ਵੀ ਲੱਗ ਜਾਂਦੀ ਹੈ, ਅਤੇ ਉਸਦੇ ਵੱਲ ਜਿਹੜੇ ਹੈਗੇ ਆ ਉਹ ਵੱਡੇ ਵੱਡੇ ਨੇਤਾ ਚਲੇ ਜਾਂਦੇ ਨੇ, ਕਹਿ ਜਾਂਦੇ ਕਿ ਉਸਦਾ ਪਤਾ ਲੈਣਾ ਹੈ, ਪਰ ਤੁਹਾਡੇ ਪੁੱਤਰ ਨੇ ਇੱਕ ਵੱਡੀ ਬਹਾਦਰੀ ਦੀ ਮਿਸਾਲ ਦਿੱਤੀ ਹੈ, ਅਤੇ ਇੱਥੇ ਕੋਈ ਨਹੀਂ ਪਹੁੰਚਿਆ, ਕਿਤੇ ਨਾ ਕਿਤੇ ਮਨ ਨੂੰ ਦੁੱਖ ਲੱਗਦਾ ਹੈ? ਹਾਂਜੀ, ਦੁੱਖ ਤਾਂ ਹੁਣ ਬਹੁਤ ਹੁੰਦਾ ਵੀ ਜਦੋਂ ਸਾਡੇ ਬੱਚੇ ਦਾ ਕਰਕੇ ਕੋਈ ਆਇਆ ਹੀ ਨਹੀਂ ਗਾ, ਹੈਂ ਦੋ ਇਹ ਤੋਂ ਦੁੱਖ ਵੱਧ ਕੀ ਹੋਣਾ। ਅੱਛਾ, ਕੈਪਟਨ ਸਾਹਿਬ ਵੱਲੋਂ ਵੀ ਟਵੀਟ ਕਰਕੇ ਤੁਹਾਡੇ ਬੱਚੇ ਦੀ ਬਹਾਦਰੀ ਬਾਰੇ ਕਿਹਾ ਗਿਆ ਹੈ, ਅਤੇ ਤੁਸੀਂ ਕੈਪਟਨ ਸਾਹਿਬ ਨੂੰ ਤੁਸੀਂ ਕੀ ਮੈਸੇਜ ਦਿਓਗੇ? ਮੈਂ ਤਾਂ ਚਲੋ ਅਜੇ ਕੋਈ ਨਹੀਂ ਦਿੱਤਾ, ਉਹਨਾਂ ਲੜਕੀ ਦੇ ਫੋਨ 'ਤੇ ਆਇਆ ਸੀ ਅਤੇ ਉਹਨੇ ਗਾਂ ਲੜਕੇ ਨਾਲ ਗੱਲ ਕੀਤੀ ਆ, ਚਲੋ ਲੜਕੇ ਨੇ ਦਿੱਤਾ ਹੋਊਗਾ ਵੀ ਮੈਂ ਆਪਣਾ ਮੈਸੇਜ, ਅਤੇ ਚਲੋ ਉਹਦਾ ਵੀ ਧੰਨਵਾਦ ਕਰਦੇ ਹਾਂ। ਹਾਂਜੀ, ਸੋ ਇਹ ਸਨ ਸਾਡੇ ਨਾਲ ਬਲਰਾਜ ਸਿੰਘ ਦੇ ਮਾਤਾ ਜੀ, ਜੋ ਕਿ ਥੋੜ੍ਹੇ ਜਿਹੇ ਭਾਵੁਕ ਨੇ ਕਿਉਂਕਿ ਉਹਨਾਂ ਦੇ ਪੁੱਤਰ ਦੇ ਵੀ ਗੋਲੀ ਲੱਗੀ ਹੈ। ਸੋ ਸਾਡੇ ਨਾਲ ਇੱਥੇ ਪਰਿਵਾਰ ਦੇ ਹੋਰ ਵੀ ਮੈਂਬਰ ਮੌਜੂਦ ਨੇ, ਉਹਨਾਂ ਦੀ ਭੈਣ ਜੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਉਂਕਿ ਇੱਕ ਭੈਣ ਭਾਈ ਦਾ ਰਿਸ਼ਤਾ ਜਿਹੜਾ ਹੈ ਕਿ ਉਹ ਬੜਾ ਅਨਮੋਲ ਹੁੰਦਾ ਹੈ, ਕਿਉਂਕਿ ਭੈਣ ਆਪਣੇ ਭਰਾ ਦੇ ਗੁੱਟ ਦੇ ਉੱਪਰ ਰੱਖੜੀ ਬੰਨ੍ਹਦੀ ਹੈ। ਸੋ ਸਿਸਟਰ ਸਾਡੀ ਭੈਣ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭੈਣ ਜੀ, ਕੀ ਕਹੋਗੇ ਜੋ ਤੁਹਾਡੇ ਵੀਰ ਨੇ ਇਹ ਫਕਰ ਵਾਲਾ ਕੰਮ ਕੀਤਾ ਜੀ? ਹਾਂਜੀ, ਮੈਨੂੰ ਆਪਣੇ ਵੀਰ 'ਤੇ ਬਹੁਤ ਮਾਣ ਆ, ਅਤੇ ਇੱਕ ਡਰ ਵੀ ਸੀ ਕਿ ਸਾਡਾ ਇਕੱਲਾ ਭਰਾ ਵਾ ਅਤੇ ਇੰਨਾ ਵੱਡਾ ਕਸ਼ਟ ਸਾਡੇ ਭਰਾ ਦੇ ਉੱਪਰ ਆਇਆ, ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਇਆਂ ਉਹਨੇ ਫਿਰ ਵੀ ਇੱਕ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ। ਤੁਸੀਂ ਕਿੰਨੇ ਭੈਣ ਭਰਾ ਬਣ ਜੀ? ਹਾਂਜੀ, ਅਸੀਂ ਚਾਰ ਭੈਣ ਭਰਾਵਾਂ, ਤਿੰਨ ਭੈਣਾਂ ਇੱਕ ਭਰਾ, ਇਹ ਸਾਡਾ ਸਾਰਿਆਂ ਤੋਂ ਛੋਟਾ ਵਾ, ਸਾਡੇ ਤਿੰਨਾਂ ਭੈਣਾਂ ਤੋਂ ਛੋਟਾ ਬ੍ਰਦਰ ਆ। ਹਾਂਜੀ, ਜਦੋਂ ਬਲਰਾਜ ਨੇ ਇਹ ਮਾਤਾ ਜੀ ਦੱਸ ਰਹੇ ਨੇ ਬਲਰਾਜ ਦਾ ਸੁਪਨਾ ਸੀ ਕਿ ਮੈਂ ਦੇਸ਼ ਦੀ ਸੇਵਾ ਕਰਾਂ, ਕਿ ਤੁਹਾਡੇ ਵੱਲੋਂ ਇਵੇਂ ਦਾ ਉਸਨੂੰ ਕਹਿ ਨਹੀਂ ਗਿਆ ਕਿ ਨਹੀਂ ਤੂੰ ਸਾਡਾ ਇਕੱਲਾ ਭਰਾ ਵਾਂ, ਤੂੰ ਅਕਸਰ ਕਿਉਂਕਿ ਭੈਣਾਂ ਦਾ ਪਿਆਰ ਹੁੰਦਾ ਜ਼ਿਆਦਾ ਕਿ ਨਹੀਂ ਤੂੰ ਸਾਡੇ ਕੋਲ ਹੀ ਰਹਿ, ਤੂੰ ਕਿਤੇ ਦੂਰ ਨਾ ਜਾ? ਹਾਂਜੀ, ਇਹਨੂੰ ਹਜੇ ਵੀ ਕਹਿੰਦੇ ਆ,
क्योंकि साढ़े तिना के हसबैंड भी आर्मी च तो उन्होंने असी जो कही भी तू सा कला कला भरा वा तो सू अगू मजाक करता कि तेरे घर वाले भी तो कले कले ये गल कह के वह साड़ी गल टाल दिंदा हमेशा ही भी जे मैं तुहाडा भरा कला कला वा तो मैं कहूँगी भी चलो वह गल वक्री आ है ना भी हसबैंड अपनी जगह पर आ तू अपनी जगह पर है फिर वह सू मजाक ना कहूगा मैं ही ज़्यादा कहनी नहीं भी तू कला कला वा मैं कहूँ तेरा घर वाला भी तो कला कला घर वाले कहने किमें महसूस रहा क्योंकि वीर ने जो अपनी जान की परवाह किए बिना जो कि दूसरे की जान बचाने की कोशिश की है तो किमें प्राउड कर रहे हो मैनू बड़ा प्राउड अपने भरा से क्योंकि पहलों सू नहीं पता इस गल का कि साढ़े वीर ने कोई एड्डा व्डा कदम भी चुकया पहला तो जो सूद बारे पता लग्या उदों तो साढ़े एकदम भी सानू कोई सुध बुध नहीं रही रात जो सू बारे पता लग्या फिर सवेरे अं वो सोशल मीडिया से जो खबर वेखी आ फिर सू एक तो एक अपने आप से बड़ा फख्र भी महसूस होया कि अं वो भरा दियाँ भैन व जिन्हें इन्ना बहादरी का काम किया वा सो ये सन साढ़े नाल बलदास सिंह की भैन है जो इन्हों वालों दसा गया कि जो इन्हों के हसबेंड इन्हों दिन दो होर सिस्टर ने उन्होंने हसबेंड भी जो कि वह भी देश की सेवा कर रहे हैं वह भी फौज के बच्चे ने सो इन्होंने दसिया कि जिमें बलराज वालों सानू कहा जाता सी कि तुहाडे घर वाले भी मतलब फौज के सेवा कर रहे हैं तो फिर मैं क्यों ना करा सो साडे नाल उन्हां दी धर्म पत्नी भी मौजूद है भैन नाल भी गलबात करते हैं हाँ जी भैन जी की कहोगे अपने हसबेंड की बहादुरी बारे सर मैं बहुत प्राउड फील होंदा कि मेरे हसबेंड ने इन्ना वधिया काम किया उन्हें कर्म तो धर्म दोवें निभाए अपनी जान की परवाह किए बगैर दूजे की सहायता की है अच्छा भैन कि चेर हो गया तुहाडे व्याह नूं दो साल हो गए सर ठीक है जी तो कि टाइम पहला हूँ जो बलराज भीर इतों गया सी सर जनवरी गए से पाँच दिन की छुट्टी आए अच्छा जी हाँ जी चलो तुम जीवन साथी हो तो भी कोई गल करते हो गए किमें माहौल है उत्थे किमें रहन सहन तुम कुछ इस तरह दसते हैं हाँ जी सर छत्तीसगढ़ इलाका ही इदा का चौबी घंटे मौत घूमती उत्ते सिर दे हाँ जी तो वालों उन्होंने कभी यह नहीं कहा गया कि नहीं तुम ना जाओ तुम ना उत्थे काम करो जाके सर नहीं ठीक है जी हाँ जी सो ये सन साढ़े नाल वीर जी की धर्म पत्नी जी जिन्होंने दसिया कि जो भी मतलब उन्होंने घर वालों देश की सेवा की जा रही है सो इन्होंने सारे परिवार को ही माण है बलराज सिंह ते सो एक मैं इत्थे सब तो वड्डी गल ये कहनी चाहवागा क्योंकि सरकार की जे आप मनीए कि बड़ी वड्डी जिथे नलायकी भी कह सकते हैं क्योंकि इस परिवार के जेडे पुत्र ने एडा वड्डा काम किया ठीक है सिख कौम का जिहड़ा नाम पूरे वर्ल्ड दे विच एक बार फिर रोशन किया है पर कोई भी जो सरकारी नुमाइंदा इत्थे नहीं आया सो कैप्टन साहब तुहानू भी यह सवाल करांगे कि तुसीं तां ट्वीट करके इस जो परिवार दे मतलब बहादुरी का मतलब गुणगान कर दिता पर जो तुहाडे इस इलाके का मान लो कोई भी जो कि तुहाडा नुमाइंदा हुण तक इस परिवार को क्यों नहीं आया सो बड़े बड़े सवाल ने सो तुसीं जुड़े रहो पंजाबी लोक चैनल कैमरामैन दिलबाग सिंह नाल।